देखो जी, मैनू एवें लगता हूँ अपना देश जो कि ऑल ओवर वर्ल्ड नहीं कर सकया, वो कल जिवें आपां चंद्रयान देखिया कि देश ने वो भी सफलता प्राप्त कर ली है ना जी। अपने कोल ओपरचुनिटी के रस्ते बहुत ने, पर करन वाला बंदे दा जज्बा होना चाहिए। भी मग प्रिंट, टी शर्ट प्रिंट, हुण रखड़ियां दा टाइम है, रखड़ी दा प्रिंट हो जांदा उवीं। तां मैनू तां खुशी इस चीज़ की कि चलो आपां अपनी मिट्टी नाल जुड़ के भी कम कर रहे हैं ते वधिया कम कर रहे हैं। मेरा नाम केतन शर्मा है जी। ਕਰ ਕੰਮ ਕਰਦੇ ਸੀ ਤੁਸੀਂ? ਮੇਰਾ ਭਾਅ ਜੀ ਆਪਣਾ ਪ੍ਰਿੰਟਿੰਗ ਦਾ ਕੰਮ ਹੈ ਮੇਨਲੀ, ਸਬਲੀਮੇਸ਼ਨ। ਜਿਵੇਂ ਆਪਾਂ ਮੱਗ ਪ੍ਰਿੰਟ ਕਰਦੇ ਹਾਂ ਡਿਜ਼ਾਈਨ ਦੇ, ਜਿਵੇਂ ਆਪਣਾ ਤੁਸੀਂ ਦੇਖ ਹੀ ਰਹੇ ਹੋ ਮੱਗ ਵਗੈਰਾ ਪ੍ਰਿੰਟ ਹੋਏ ਹੋਏ ਆ, ਐਵੇਂ ਮੱਗ ਪ੍ਰਿੰਟ, ਟੀ ਸ਼ਰਟ ਪ੍ਰਿੰਟ, ਹੁਣ ਰੱਖੜੀਆਂ ਦਾ ਟਾਈਮ ਹੈ, ਰੱਖੜੀ ਦਾ ਪ੍ਰਿੰਟ ਹੋ ਜਾਂਦਾ ਉਵੀਂ। ਠੀਕ ਹੈ ਜੀ, ਉਸੇ ਅਕੋਰਡਿੰਗ ਫਲੈਕਸ ਦਾ ਕੰਮ ਹੋ ਗਿਆ, ਵਾਲਪੇਪਰ ਦਾ, ਆਪਣੇ ਸਕੂਲ ਦੇ ਆਈ ਕਾਰਡ ਦਾ, ਆਪਣੇ ਕੁਸ਼ਨ ਪ੍ਰਿੰਟ ਹੋ ਜਾਂਦੇ ਆ, ਫੋਟੋ ਫਰੇਮ ਹੁੰਦੇ, ਇਹ ਸਾਰੀ ਚੀਜ਼ਾਂ ਜੋ ਵੀ ਮਤਲਬ ਕਿ ਆਪਣੇ ਘਰ ਦੀ ਸ਼ੋਭਾ ਬਣਾਉਂਦੇ ਹਾਂ, ਡੈਕੋਰੇਸ਼ਨ ਦੀਆਂ। ਠੀਕ ਹੈ ਜੀ, ਇੱਕ ਤਰ੍ਹਾਂ ਆਪਾਂ ਕਿਸੇ ਨੂੰ ਰੱਖੜੀ ਦਾ ਗਿਫਟ ਵੀ ਦੇ ਸਕਦੇ ਹਾਂ, ਤਾਂ ਅਲੱਗ ਅਲੱਗ ਤਰ੍ਹਾਂ ਦੀ ਅਲੱਗ ਅਲੱਗ ਚੀਜ਼ਾਂ ਨੇ, ਆਪਾਂ ਉਹ ਤਿਆਰ ਕਰਕੇ ਦਿੰਦੇ ਹਾਂ, ਹੋਲਸੇਲ ਵੀ ਦਿੰਦੇ ਹਾਂ, ਰਿਟੇਲ 'ਚ ਵੀ ਦਿੰਦੇ ਹਾਂ, ਉਹਨਾਂ ਕੋਲ ਸਾਰੀ ਆਪਸ਼ਨ ਨੇ। ਕਹਿੰਦੇ ਜੀ ਕਿੰਨਾ ਕਰ ਰਹੇ ਹੋ? ਮਤਲਬ ਤੁਹਾਨੂੰ ਨਹੀਂ ਲੱਗਦਾ ਮਤਲਬ ਅੱਜ ਕੱਲ੍ਹ ਨੌਜਵਾਨ ਕੁਛ ਤਾਂ ਬਾਹਰ ਚਲੇ ਗਏ, ਕੁਛ ਨਸ਼ੇ 'ਚ ਬਹਿ ਕੇ ਦੁਨੀਆ ਤੋਂ ਚਲੇ ਜਾਂਦੇ ਆ, ਤੁਸੀਂ ਨੌਜਵਾਨਾਂ ਥੋੜ੍ਹੀ ਉਮਰ ਕੋਈ ਜ਼ਿਆਦਾ ਨਹੀਂ ਲੱਗਦੀ, ਥੋੜ੍ਹੇ ਹੀ ਸੁਪਨੇ ਹੋਣੇ, ਤੁਸੀਂ ਆਪਣਾ ਸੁਪਨੇ ਮਾਰ ਕੇ ਆਪਣਾ ਕੰਮ ਕਰ ਰਹੇ ਹੋ, ਕਿਵੇਂ ਦਾ ਹੁੰਦਾ ਘਰੋਂ ਵੱਲੋਂ, ਕਿਵੇਂ ਮਹਿਸੂਸ ਫੀਲ ਆ ਤੁਹਾਨੂੰ? ਸਰ ਦੇਖੋ ਜੀ, ਮੈਨੂੰ ਐਵੇਂ ਲੱਗਦਾ ਹੁਣ ਆਪਣਾ ਦੇਸ਼ ਜੋ ਕਿ ਆਲ ਓਵਰ ਵਰਲਡ ਨਹੀਂ ਕਰ ਸਕਿਆ, ਉਹ ਕੱਲ੍ਹ ਜਿਵੇਂ ਆਪਾਂ ਚੰਦਰਯਾਨ ਦੇਖਿਆ ਕਿ ਦੇਸ਼ ਨੇ ਉਹ ਵੀ ਸਫਲਤਾ ਪ੍ਰਾਪਤ ਕਰ ਲਈ ਹੈ ਨਾ ਜੀ, ਉਵੇਂ ਮੈਨੂੰ ਲੱਗਦਾ ਕਿ ਆਪਣਾ ਦੇਸ਼ ਸਾਰੀ ਕੰਟਰੀਆਂ ਤੋਂ ਬਹੁਤ ਬੈਸਟ ਹੈ। ਅਗਰ ਆਪਾਂ ਇੰਡੀਆ 'ਚ ਹੀ ਰਹਿ ਕੇ ਬਹੁਤ ਕੁਛ ਕਰ ਸਕਦੇ ਹਾਂ, ਆਪਣੇ ਕੋਲ ਓਪਰਚੁਨਿਟੀ ਦੇ ਰਸਤੇ ਬਹੁਤ ਨੇ, ਪਰ ਕਰਨ ਵਾਲਾ ਬੰਦੇ ਦਾ ਜਜ਼ਬਾ ਹੋਣਾ ਚਾਹੀਦਾ। ਦੇਖੋ ਜੀ, ਮੇਰੇ ਘਰ ਦੇ ਬਹੁਤ ਖੁਸ਼ ਨੇ ਕਿ ਮੁੰਡੇ ਨੇ ਆਪਦਾ ਕੰਮ ਸ਼ੁਰੂ ਕਰਿਆ, ਆਪਦੇ ਪੈਰਾਂ 'ਤੇ ਹੌਲੀ ਹੌਲੀ ਸਟੈਂਡ ਹੋ ਰਿਹਾ, ਤਾਂ ਮੈਨੂੰ ਤਾਂ ਖੁਸ਼ੀ ਇਸ ਚੀਜ਼ ਦੀ ਕਿ ਚਲੋ ਆਪਾਂ ਆਪਣੀ ਮਿੱਟੀ ਨਾਲ ਜੁੜ ਕੇ ਵੀ ਕੰਮ ਕਰ ਰਹੇ ਹਾਂ ਅਤੇ ਵਧੀਆ ਕੰਮ ਕਰ ਰਹੇ ਹਾਂ। ਜਿਹੜੇ ਮੁੰਡੇ ਗਲਤ ਕੰਮ 'ਚ ਪੈ ਗਏ, ਨਸ਼ੇ 'ਚ ਪੈ ਗਏ ਜਾਂ ਹੋਰ ਪੈਸਾ ਘੱਟਦਾ ਖਰਾਬ ਕਰਦੇ ਆ, ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਹੋਰ ਸੋ ਪੰਗੇ ਬੰਦ, ਤੁਸੀਂ ਕੀ ਉਹਨੂੰ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਮੇਰਾ ਕਹਿਣਾ ਕਿ ਜਵਾਨੀ ਵਾਰ ਵਾਰ ਨਹੀਂ ਆਉਂਦੀ ਹੈ ਨਾ, ਬਚਪਨਾ ਵਾਰ ਵਾਰ ਨਹੀਂ ਆਉਂਦਾ, ਜਦ ਉਮਰ ਦਾ ਦੌਰ ਬੀਤ ਜਾਂਦਾ ਉਹ ਤੋਂ ਬਾਅਦ ਆਪਾਂ ਨੂੰ ਅਹਿਸਾਸ ਹੁੰਦਾ ਕਿ ਕਾਸ਼ ਉਹ ਟਾਈਮ ਆਪਾਂ ਇਹ ਗਲਤੀ ਨਾ ਕੀਤੀ ਹੁੰਦੀ। ਅਤੇ ਉਹੀ ਮੇਰੇ ਵੀਰ ਛੋਟੇ ਭਰਾ ਨੇ, ਕਈ ਵੱਡੇ ਭਰਾ ਨੇ, ਕਈ ਹਮ ਉਮਰ ਹੋਣੇ, ਉਹਨਾਂ ਨੂੰ ਮੇਰੀ ਇੱਕ ਬੇਨਤੀ ਹੈ ਨਾ, ਰਿਕੁਐਸਟ ਹੈ ਕਿ ਅਗਲੇ ਇਹ ਰਸਤਿਆਂ ਛੱਡ ਕੇ ਆਪਦੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਲਈ ਅੱਗੇ ਵਧਣ ਅਤੇ ਆਪਣੇ ਪੰਜਾਬ ਦਾ, ਆਪਣੇ ਇੰਡੀਆ ਦਾ ਨਾਮ ਅੱਗੇ ਲੈ ਕੇ ਆਉਣ ਅਤੇ ਉਸ ਪਾਸੇ ਜ਼ੋਰ ਦਿੱਤਾ ਜਾਵੇ, ਤਾਂ ਹੀ ਮਤਲਬ ਕਿ ਆਪਣਾ ਫਾਇਦਾ ਹੋ ਸਕਦਾ, ਉਹਨਾਂ ਦਾ ਵੀ ਜਿਹੜੇ ਨਸ਼ੇ ਕਰ ਰਹੇ ਆ ਉਹ ਵੀ ਸੁਧਰ ਸਕਦੇ ਆ, ਉਹਨਾਂ ਨੂੰ ਕੰਮ ਵੱਲ ਲਾਇਆ ਜਾਏ। ਵੀ ਜਦ ਬੰਦੇ ਦਾ ਧਿਆਨ ਆਪਣਾ ਇੱਕ ਕੰਮ 'ਚ ਪੈ ਜਾਂਦਾ ਨਾ, ਉਹ ਇੱਧਰ ਉੱਧਰ ਨਹੀਂ ਜਾ ਸਕਦਾ ਕਦੇ, ਉਹੀ ਹੈ ਰੁਜ਼ਗਾਰ ਦੀ ਓਪਸ਼ਨਸ ਅਗਲੇ ਲੱਭਦੇ ਨਹੀਂ, ਬਹੁਤ ਹੀ ਚੀਜ਼ ਹੈ ਜੀ। ਕਿੰਨੇ ਕੁ ਸਮਾਨ ਪਹਿਲਾਂ ਲੱਗਦੇ ਤੁਸੀਂ ਜਿਵੇਂ ਰੱਖੜੀ ਦਿਖਾਈ ਆ, ਕੱਪ ਲਵੇ, ਕਿੰਨੇ ਕੁ ਕੀਮਤ, ਕਿੰਨੇ ਕੁ ਲੱਗਦਾ ਜਾਂਦੀ ਹੈ ਅਤੇ ਕਸਟਮਰ ਨੂੰ ਕਿੰਨੇ ਦਾ ਵਿਕਦਾ ਕੀ? ਜੀ ਇਹ ਕਸਟਮਰ ਟੂ ਕਸਟਮਰ ਵੇਰੀ ਕਰਦਾ ਭਾਅ ਜੀ, ਇਕੱਠਾ ਸਮਾਨ ਕੋਈ ਚੱਕਦਾ ਉਹਦੇ ਲਈ ਅਲੱਗ ਆਪਣਾ ਉਹ ਹੈ ਨਾ ਜੀ, ਸਿੰਗਲ ਦਾ ਆਪਣਾ ਅਲੱਗ ਹੈ, ਕੁਛ ਕੋਂਬੋ ਆਫਰਸ ਨੇ, ਮੰਨ ਲਓ ਕਿ ਕਈ ਬੰਦੇ ਰੱਖੜੀ ਦੇ ਨਾਲ ਆਪਣਾ ਮੱਗ ਪ੍ਰਿੰਟ ਕਰਾ ਲੈਂਦੇ ਆ, ਉਹਦਾ ਕੋਂਬੋ ਦਾ ਫਿਰ ਅਲੱਗ ਪ੍ਰਾਈਜ਼ ਹੈ, ਤਾਂ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ, ਤੁਹਾਨੂੰ ਬੈਸਟ ਤੋਂ ਬੈਸਟ ਪ੍ਰਾਈਜ਼ ਦੇਵਾਂਗੇ ਪਟਿਆਲੇ ਦੀ ਮਾਰਕੀਟ 'ਚ, ਇੱਕ ਵਾਰ ਆ ਕੇ ਜ਼ਰੂਰ ਦੇਖੋ, ਵਧੀਆ ਆਫਰ ਮਿਲੇਗਾ ਤੁਹਾਨੂੰ। ਜਿਵੇਂ ਡਿਮਾਂਡ ਹੈਗੀ ਹੈ, ਨੋ ਡਾਊਟ, ਦੇਖੋ ਜੀ ਟਾਈਮ ਅਪਡੇਟ ਹੋ ਰਿਹਾ, ਮਾਡਰਨ ਹੋਈ ਜਾ ਰਿਹਾ ਹੌਲੀ ਹੌਲੀ, ਉਸੇ ਅਕੋਰਡਿੰਗ ਮਾਡਰਨ ਜਿਵੇਂ ਹੋ ਰਿਹਾ, ਤਾਂ ਦੇਖਿਆ ਜਾਏ ਇਹ ਵੀ ਚੀਜ਼ਾਂ ਵਧੀਆਂ ਜਾ ਰਹੀਆਂ। ਹੁਣ ਮੇਰੇ ਕੋਲ ਦਿਨ ਦੇ ਆਉਂਦੇ ਰਹਿੰਦੇ, 3 ਤੋਂ 4 ਕਸਟਮਰ ਐਵਰੇਜ, ਹਾਲੇ ਦੇਖੋ ਨਵਾਂ ਕੰਮ ਹੈ ਆਪਣਾ ਫਿਰ ਵੀ, ਪਰ ਆ ਰਹੀ ਹੈ ਮਾਰਕੀਟ, ਹੌਲੀ ਹੌਲੀ ਆਪਾਂ ਕਰਾਂਗੇ ਤਾਂ ਆਪਣੇ ਕੋਲ ਵਧੀਆ ਰਿਜ਼ਲਟ ਆ ਜਾਏਗਾ, ਨੋ ਡਾਊਟ। ਰੱਖੜੀ ਆਪਾਂ ਨੂੰ ਤਿਆਰ ਕਰ ਕੁਰ ਕੇ, ਮਤਲਬ ਅਗਰ ਮੰਨੀਏ ਪੂਰਾ ਪ੍ਰਿੰਟ ਪ੍ਰੁੰਟ ਕਰਕੇ, ਤਾਂ ਆਪਾਂ ਨੂੰ ਜਿਹੜਾ ਪੈਂਦਾ ਉਹ ਤਕਰੀਬਨ ਤੁਸੀਂ ਮੰਨ ਕੇ ਚੱਲਿਓ 40 ਤੋਂ 50 ਰੁਪਏ ਦਾ ਪੈਂਦਾ, ਅਤੇ ਉਹੀ ਆਪਾਂ ਅੱਗੇ ਰੇਟ ਵੀ ਜਾਇਜ਼ ਹੀ ਰੱਖੇ ਹੋਏ ਹਾਂ। ਠੀਕ ਹੈ ਜੀ, ਬਾਕੀ ਕੋਈ ਆਏਗਾ ਤਾਂ ਆਪਣੇ ਆਪ ਉਹਨਾਂ ਨੂੰ ਰੇਟ ਦੇਖੇਂਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਹੀ ਕਰੇਂਗੇ, ਇੰਨਾ ਵਧੀਆ ਰੇਟ ਆ ਆਪਣਾ। ਮਤਲਬ ਜੀ ਬੱਚਾ ਬਣਾਉਂਦਾ, ਬਚਪਨ 'ਚ ਬੰਦਾ ਹਰੇਕ ਕੋਈ ਸੋਚਦਾ ਵੀ ਮੈਂ ਬਣਾ ਕੇ ਅਫਸਰ ਬਣਵਾ ਜਾਂ ਕੋਈ ਕੁਛ, ਤੁਹਾਡਾ ਕੋਈ ਸਪਨਾ? ਦੇਖੋ ਜੀ, ਮਤਲਬ ਮੈਂ ਸ਼ੁਰੂ ਤੋਂ ਮਤਲਬ ਬਿਜ਼ਨਸ ਹੀ ਕਰਨਾ ਚਾਹੁੰਦਾ ਸੀ, ਬਿਜ਼ਨਸਮੈਨ ਬਣਨਾ ਚਾਹੁੰਦਾ ਸੀ ਕਿ ਆਪਣਾ ਕੰਮ ਹੋਵੇ। ਇੱਕ ਕੋਈ ਵੀ ਬਿਜ਼ਨਸ ਅਗਰ ਆਪਾਂ ਦੇਖੀਏ, ਜੇ ਆਪਾਂ ਛੋਟੇ ਲੈਵਲ ਤੋਂ ਸ਼ੁਰੂ ਕਰਦੇ ਹਾਂ ਅਤੇ ਹੌਲੀ ਹੌਲੀ ਤਰੱਕੀਆਂ ਬਣਦੇ ਹਾਂ ਮਾਲਕ ਦੀ ਮਿਹਰ ਨਾਲ, ਹੈ ਨਾ, ਅਤੇ ਉਹੀ ਹੈ ਬਸ, ਹੁਣ ਸਟਾਰਟ ਕਰਿਆ, ਬਾਕੀ ਰੱਬ ਦੇ ਰੰਗ ਹੈ, ਹੌਲੀ ਹੌਲੀ ਵੱਧਦਾ ਰਹੇ ਅਤੇ ਆਪਾਂ ਵਧੀਆ ਜਾਵਾਂਗੇ। ਹਾਂਜੀ ਹਾਂਜੀ, ਮੇਰਾ ਨਵੀਂ ਮੰਡੀਰ ਨੂੰ ਆਹ ਮੈਸੇਜ ਹੈ ਕਿ ਘੁੰਮਣ ਫਿਰਨ ਨਾਲੋਂ, ਇੱਧਰ ਉੱਧਰ ਵਿਹਲੀਆਂ ਮਾਰਨ ਨਾਲੋਂ, ਨਸ਼ੇ ਦੇ ਗਲਤ ਰਸਤੇ ਨਾਲੋਂ, ਲੜਾਈ ਝਗੜੇ ਖੋ ਪਾਤ ਦੇ ਇਹੋ ਜਿਹੇ ਕੰਮਾਂ ਨਾਲੋਂ, ਉਹਨਾਂ ਨੂੰ ਆਪਣਾ ਰੁਜ਼ਗਾਰ ਕਰਨਾ ਚਾਹੀਦਾ। ਆਪਣੇ ਉਹ ਕਈ ਬੰਦੇ ਐਸੇ ਨੇ ਉਹ ਜੋਬ ਦੇ ਸਿਲਸਿਲੇ 'ਚ ਰਹੇ ਨੇ ਕਿ ਕਾਸ਼ ਮੈਨੂੰ ਜੋਬ ਮਿਲ ਜੇ। ਮੈਨੂੰ ਲੱਗਦਾ ਕਿ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ, ਅਗਰ ਉਸਦਾ ਕੋਈ ਸੁਪਨਾ ਪੂਰਾ ਨਹੀਂ ਹੋਇਆ ਤਾਂ ਉਸਨੂੰ ਕਿਸੇ ਹੋਰ ਚੀਜ਼ ਵੱਲ ਧਿਆਨ ਦੇਣਾ ਚਾਹੀਦਾ।
ਠੀਕ ਹੈ ਜੀ। ਕਈ ਬੰਦੇ ਹੁੰਦੇ ਆ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ, ਕਈਆਂ ਦੇ ਸੁਪਨੇ ਹੁੰਦੇ ਆ ਕਿ ਕਾਸ਼ ਮੈਂ ਉਸ ਉਹ ਜੋਬ ਲੈ ਲਾ, ਮੰਨ ਲਓ IPS ਬਣ ਜਾ, IAS ਨਹੀਂ ਬਣ ਪਾਏ ਜਾਂ ਕੋਈ ਬੈਂਕ ਦਾ ਕਲੀਅਰ ਕਰ ਲਾ ਨਹੀਂ ਕਰ ਪਾਏ, ਅਗਲੇ ਪੁੱਠੇ ਰਸਤਾ 'ਤੇ ਪੈਣੇ ਸ਼ੁਰੂ ਹੋ ਜਾਂਦੇ। ਤਾਂ ਮੇਰਾ ਇਹ ਮੰਨਣਾ ਕਿ ਬੰਦੇ ਨੂੰ ਪੁੱਠੇ ਰਸਤੇ ਦੀ ਬਜਾਏ 'ਤੇ ਅਗਲਾ ਕਦਮ ਲੈਣਾ ਚਾਹੀਦਾ। ਤਾਂ ਤੁਹਾਨੂੰ ਸਾਡੀ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਪਟਿਆਲੇ ਤੋਂ ਹਰਸ਼ਚੰਦਰ, ਨਿਊਜ਼ ਨਾਲ ਕੇਸ਼ਵ ਕੁਮਾਰ।